अज फतेहगढ़ साहब जाओ जाने तुसी अग्गे भी हो पर अज उत्थे ਉਹ ਪੋਤਿਆਂ ਦੇ ਦਾਦਾ ਜੀ ਵੀ ਆਉਣੇ ਨੇ ਜਿਹੜਾ ਨਗਰ ਕੀਰਤਨ ਲੰਘ ਰਿਹਾ ਸ਼ਹਿਰਾਂ ਪਿੰਡਾਂ ਚੋਂ ਇਹ ਆਪਾਂ ਮੰਨੀਏ ਵੀ ਗੁਰੂ ਤੇਗ ਬਹਾਦਰ ਜੀ ਸਾਡੇ ਪਿੰਡਾਂ ਸ਼ਹਿਰਾਂ 'ਚ ਚਰਨ ਪਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਆਪਣੇ ਪੰਜਾਬ ਦੇ ਵਿੱਚ ਇੱਕ ਨਗਰ ਕੀਰਤਨ ਚੱਲ ਰਿਹਾ ਅੱਜ ਕੱਲ੍ਹ ਬਹੁਤ ਵੱਡਾ ਉਹ ਕੀ ਆ ਇਹ ਸਾਲ ਦੇ ਵਿੱਚ 2021 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ प्रकाश दिहाड़ा आ रहा है उस दे संबंध में एक विशाल नगर कीर्तन वो अपने शहर पिंडों चों लंघ रहा है ते कल वो नगर कीर्तन माछीवाड़ा साहब की धरती ते पहुंचिया ते हुण जां तां तुसीं इह मन लो भी एक नगर कीर्तन पहुंचिया माछीवाड़ा साहब जां जिवें मैनूं कल फील होया तुसीं जे उवें फील करोगे तो आनंद वखरा आउंदा आ वो की आ ਤੁਸੀਂ ਜਾਣਦੇ ਹੋ ਵੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਆਏ ਚਮਕੌਰ ਸਾਹਿਬ ਦੀ ਜੰਗ ਤੋਂ ਜਦੋਂ ਮਹਾਰਾਜ ਆਏ ਨੇ ਉਹਨਾਂ ਦੇ ਪੈਰਾਂ 'ਚ ਮਤਲਬ ਛਾਲੇ ਵੀ ਹੋਏ ਨੇ ਜ਼ਖਮ ਹੋਏ ਨੇ ਹੈ ਨਾ ਹੁਣ ਜੇ ਤੁਸੀਂ ਇਹ ਮੰਨੋ ਵੀ ਨਗਰ ਕੀਰਤਨ ਨਹੀਂ ਗੁਰੂ ਤੇਗ ਬਹਾਦਰ ਜੀ ਆ ਰਹੇ ਨੇ ਵੈਸੇ ਅਸਲ ਦੇ ਵਿੱਚ ਧਾਰਮਿਕ ਲਾਈਨ ਦੇ ਨਾਲ ਆਪਾਂ ਦੇਖੀਏ ਧਾਰਮਿਕ ਅੱਖਾਂ ਨਾਲ ਆਪਾਂ ਦੇਖੀਏ ਵੀ ਜਿਵੇਂ ਆਪਾਂ ਕਹਿੰਦੇ ਹਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੁੰਦਾ ਆਪਾਂ ਇਹ ਕਹਿੰਦੇ ਹੁੰਦੇ ਹਾਂ ਵੀ ਗੁਰੂ ਰਾਮਦਾਸ ਜੀ ਦਰਸ਼ਨ ਦੇ ਰਹੇ ਨੇ ਹੈ ਨਾ ਫਿਰ ਜਿਹੜਾ ਨਗਰ ਕੀਰਤਨ ਲੰਘ ਰਿਹਾ ਸ਼ਹਿਰਾਂ ਪਿੰਡਾਂ 'ਚੋਂ ਇਹ ਆਪਾਂ ਮੰਨੀਏ ਵੀ ਗੁਰੂ ਤੇਗ ਬਹਾਦਰ ਜੀ ਸਾਡੇ ਪਿੰਡਾਂ ਸ਼ਹਿਰਾਂ 'ਚ ਚਰਨ ਪਾ ਰਹੇ ਨੇ ਹੁਣ ਕੱਲ੍ਹ ਮੇਰੇ ਮਨ 'ਚ ਇਹ ਗੱਲ ਆਈ 400 ਸਾਲ ਹੋ ਗਏ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਹੋਏ ਨੂੰ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਇੱਥੇ ਬੈਠੇ ਨੇ ਇਹ ਧਿਆਨ ਲਾ ਕੇ ਥੋੜ੍ਹਾ ਜਿਹਾ ਸੋਚੋ ਮੈਂ ਤੁਹਾਨੂੰ ਕੋਈ ਨਾ ਮਤਲਬ ਹੋਰ ਪਾਸੇ ਨਹੀਂ ਲੈ ਕੇ ਜਾ ਰਿਹਾ ਇੱਕ ਗੁਰੂ ਸਾਹਿਬ ਦੇ ਨਾਲ ਪਿਆਰ ਪਾਉਣ ਦੀ ਇੱਕ ਮੈਂ ਮਤਲਬ ਬਸ ਉਹ ਗੱਲ ਕਰਦਾ ਹਾਂ ਇਹਦੇ ਨਾਲ ਕੀ ਹੋਣਾ ਇਹਦੇ ਨਾਲ ਆਪਣੇ ਔਗਣ ਦੂਰ ਹੋਣੇ ਆ ਮੈਂ ਕੋਈ ਅੰਧ ਵਿਸ਼ਵਾਸ ਵੱਲ ਲੈ ਕੇ ਨਹੀਂ ਜਾ ਰਿਹਾ ਇਹ ਆਪਣੇ ਗੁਰੂ ਸਾਹਿਬ ਦੇ ਨਾਲ ਆਪਣਾ ਪਿਆਰ ਹੋਰ ਵਧੇ ਤੁਸੀਂ ਇਹ ਸੋਚੋ ਵੀ ਗੁਰੂ ਗੋਬਿੰਦ ਸਿੰਘ ਜੀ ਉਸ ਦਰਖਤ ਦੇ ਥੱਲੇ ਆਰਾਮ ਕਰਦੇ ਨੇ ਪੈਰਾਂ 'ਚ ਖੂਨ ਚੱਲਦਾ ਪਿਆ ਆ ਹੈ ਨਾ ਦੇਖੋ ਉਹ ਧਰਤੀ ਅਤੇ ਕੱਲ੍ਹ ਗੁਰੂ ਤੇਗ ਬਹਾਦਰ ਜੀ ਗਏ ਨੇ ਹੁਣ ਜੇ ਦੇਖੋ ਜਮਾ ਹੀ ਨਿਰਮੋਹ ਤਾਂ ਹੈ ਨਹੀਂ ਗੱਲ ਪ੍ਰੇਮ ਪਿਆਰ ਤਾਂ ਹੁੰਦਾ ਆ ਪਿਓ ਪੁੱਤਰ ਦੇ ਵਿੱਚ ਹੈ ਨਾ ਹੁਣ ਦੇਖੋ ਕਿੱਥੋਂ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਚਮਕੌਰ ਸਾਹਿਬ ਪੁੱਤ ਸ਼ਹੀਦ ਹੋਏ ਨੇ ਵੱਡੇ ਉੱਧਰੋਂ ਗੁਰੂ ਤੇਗ ਬਹਾਦਰ ਜੀ ਕੱਲ੍ਹ ਮਾਛੀਵਾੜਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਹੁਣ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਹਾਏ ਵੀ ਉਹ ਬਾਅਦ 'ਚ ਮਿਲੇ ਨਹੀਂ ਦੇਖੋ ਉਹ ਪਰਮਾਤਮਾ ਨੇ ਗੁਰੂ ਤੇਗ ਬਹਾਦਰ ਜੀ ਵੀ ਆਪ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਆਪ ਪਰਮਾਤਮਾ ਨੇ ਉਹ ਤਾਂ ਦੁਨੀਆ ਦੇ ਮਾਲਕ ਨੇ ਹਮੇਸ਼ਾ ਇਕੱਠੇ ਨੇ ਪਰ ਇੱਕ ਪਿਆਰ ਭਾਵਨਾ ਵਧਾਉਣ ਦੀ ਗੱਲ ਇਹ ਆ ਧਿਆਨ ਨਾਲ ਸੋਚੋ ਵੀ ਉਸ ਧਰਤੀ 'ਤੇ ਕੱਲ੍ਹ ਮਹਾਰਾਜ ਨੇ ਚਰਨ ਪਾਏ ਜਿੱਥੇ ਉਹਨਾਂ ਦੇ ਪੁੱਤਰ ਉਹਨਾਂ ਦੇ ਪੈਰਾਂ 'ਚੋਂ ਖੂਨ ਚੱਲਦਾ ਹੈ ਨਾ ਵੀ ਕੱਲ੍ਹ ਮਹਾਰਾਜ ਦੇਖੋ 400 ਸਾਲ ਹੋਏ ਨੇ 100 ਸਾਲ ਪਹਿਲਾਂ ਵੀ ਸ਼ਾਇਦ ਨਗਰ ਕੀਰਤਨ ਆਇਆ ਹੋਵੇ 300 ਸਾਲ ਪਹਿਲਾਂ ਵੀ ਆਇਆ ਹੋਵੇ ਸ਼ਾਇਦ ਹੈ ਨਾ ਸ਼ਾਇਦ ਪਹਿਲੇ ਸਾਲਾਂ 'ਚ ਵੀ ਆਇਆ ਹੋਵੇ ਪਰ ਅਸੀਂ ਤਾਂ ਕੱਲ੍ਹ ਦੇਖਿਆ ਨਾ ਵੀ ਮਤਲਬ ਕੱਲ੍ਹ ਗੁਰੂ ਤੇਗ ਬਹਾਦਰ ਜੀ ਨੇ ਉਹ ਧਰਤੀ 'ਤੇ ਚਰਨ ਪਾਏ ਜਿੱਥੇ ਉਹਨਾਂ ਦੇ ਪੁੱਤ ਚਮਕੌਰ ਸਾਹਿਬ ਤੋਂ ਪਹੁੰਚੇ ਸੀਗੇ ਇਹ ਗੱਲਾਂ ਨਾਲ ਪਿਆਰ ਵਧੂਗਾ ਹੁਣ ਇੱਕ ਮੇਰੀ ਅੱਜ ਵਾਲੀ ਬੇਨਤੀ ਆ ਅੱਜ 24 ਮਾਰਚ 2021 ਆ ਅੱਜ 24 ਮਾਰਚ 2021 ਆ ਅਤੇ ਅੱਜ ਗੁਰੂ ਤੇਗ ਬਹਾਦਰ ਜੀ ਨੇ ਕਿੱਥੇ ਜਾਣਾ ਮੈਂ ਇਹ ਨਹੀਂ ਕਹਿਣਾ ਵੀ ਨਗਰ ਕੀਰਤਨ ਨੇ ਕਿੱਥੇ ਜਾਣਾ ਆ ਅਸੀਂ ਕਿਉਂ ਕਹੀਏ ਅਸੀਂ ਇਹ ਕਹਾਂਗੇ ਅੱਜ ਗੁਰੂ ਤੇਗ ਬਹਾਦਰ ਜੀ ਨੇ ਕਿੱਥੇ ਚਰਨ ਪਾਉਣੇ ਨੇ ਅੱਜ ਗੁਰੂ ਤੇਗ ਬਹਾਦਰ ਨੇ ਜਾਣਾ ਉੱਥੇ ਜਿੱਥੇ ਉਹਨਾਂ ਦੇ ਪੋਤਿਆਂ ਨੇ ਸ਼ਹਾਦਤ ਦਿੱਤੀ ਆ ਐਂ ਸੋਚੋ ਇਹ ਨਾ ਸੋਚੋ ਵੀ ਅੱਜ ਇੱਥੇ ਨਗਰ ਕੀਰਤਨ ਪਹੁੰਚਣਾ ਆ ਫਿਰ ਤੁਹਾਡਾ ਪਿਆਰ ਉਨਾ ਕੇ ਰਹੂਗਾ ਜੇ ਇਹ ਸੋਚੋ ਨਾ ਵੀ ਜਿਹੜੀ ਧਰਤੀ 'ਤੇ ਜਿਹੜੀਆਂ ਨੀਹਾਂ 'ਚ ਪੋਤੇ ਸ਼ਹੀਦ ਹੋਏ ਨੇ ਅੱਜ ਦਾਦਾ ਜੀ ਨੇ ਉੱਥੇ ਜਾ ਕੇ ਦਰਸ਼ਨ ਦੇਣੇ ਨੇ ਅੱਜ ਗੁਰੂ ਤੇਗ ਬਹਾਦਰ ਜੀ ਨੇ ਕਿੱਥੇ ਪਹੁੰਚਣਾ ਆ ਫਤਿਹਗੜ੍ਹ ਸਾਹਿਬ ਅੱਜ ਉਹ ਨਗਰ ਕੀਰਤਨ ਪਿੰਡਾਂ ਸ਼ਹਿਰਾਂ 'ਚ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਅੱਜ ਸਟੇ ਆ ਨਗਰ ਕੀਰਤਨ ਦੀ ਹੁਣ ਬੇਨਤੀ ਮੈਂ ਕੀ ਕਰਨੀ ਆ ਬੇਨਤੀ ਇਹੀ ਆ ਵੀ ਜਿਨ੍ਹਾਂ ਨੇ ਕੱਲ੍ਹ ਦਰਸ਼ਨ ਨਹੀਂ ਕੀਤੇ ਅੱਜ ਫਤਿਹਗੜ੍ਹ ਸਾਹਿਬ ਜਾਓ ਜਾਣੇ ਤੁਸੀਂ ਅੱਗੇ ਵੀ ਹੋ ਪਰ ਅੱਜ ਉੱਥੇ ਉਹ ਪੋਤਿਆਂ ਦੇ ਦਾਦਾ ਜੀ ਵੀ ਆਉਣੇ ਨੇ ਅੱਜ ਗੱਲ ਵੱਖਰੀ ਆ ਇਕੱਲਾ ਇਹ ਨਾ ਸੋਚੋ ਵੀ ਉੱਥੇ ਗੱਡੀ ਆ ਗਈ
नगर कीर्तन आ गया, बैंड बाजे वाले आ गए, जां इवें है ना, ये मनो भी अज उत्थे दादा जी भी ने, पोते भी ने, उत्थे मतलब किन्ना कुछ, जिवें आपां कह नहीं दिंदे भी देवते पहुँचे हुए ने, शहीद सिंह पहुँचे हुए ने। हुण जिहड़ी दुनिया की सब तो महान धरती फतेहगढ़ साहब, ओह ते उत्थे साहबजादे रहिंदे ने, ते अज उत्थे उन्होंने दादा जी गुरु तेग बहादुर जी जिन्हां ने दिल्ली चांदनी चौंक विखे शीस दिता, अज उत्थे ओह भी पहुँचने ने। इस करके आए सोचो, ये ना सोचो भी एक न भी गड्डियां आ रही ने, है ये सोचो भी गुरु तेग बहादुर जी, मतलब फील करो ये गल्लां, ठीक है। शायद मैनू गल समझाउणी घट आउंदी होवे, जां मैं वध घट कह गया होवां, जिहड़ी मेरी भावना आ वो समझण की कोशिश करो भी अज तुसीं फतेहगढ़ साहब जाओ, ये सोच के जायो भी उत्थे सामने साहबजादे भी बैठे ने, नाल उन्हां दे दादा जी गुरु तेग बहादुर जी भी बैठे ने। इवें सोच के जावो, दर्शन करो, महाराज थोनू खुशियां बख्शन। वीडियो चंगी लगी मैनू दस्यो जरूर, कोई गलती हुई होवे वो भी दस्यो जरूर। तुसीं संगत रूप हो। वाहिगुरू जी का खालसा, वाहिगुरू जी की फतह।